ਪੰਜ ਬੱਚਿਆਂ ਦੇ ਮਾਤਾ ਪਿਤਾ ਦਾ ਆਪਸ ਵਿੱਚ ਅਜਿਹਾ ਝਗੜਾ ਹੋਇਆ ਕਿ ਪਰਿਵਾਰ ਪੂਰੀ ਤਰ੍ਹਾਂ ਖੇਰੂ ਖੇਰੂ ਹੋ ਗਿਆ। ਰੂਪਨਗਰ ਦੇ ਪਿੰਡ ਝਿਜੜੀ ਵਿਖੇ ਰਾਕੇਸ਼ ਕੁਮਾਰ ਦੀ ਆਪਣੀ ਪਤਨੀ ਅਨੀਤਾ ਨਾਲ ਪਰਿਵਾਰਵਾਦ ਨੂੰ ਲੈ ਕੇ ਲੜਾਈ ਹੋਈ, ਜਿਸ ਵਿੱਚ ਅਨੀਤਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਅਤੇ ਅਨੀਤਾ ਦੇ ਪਹਿਲਾਂ ਹੀ ਚਾਰ ਲੜਕੀਆਂ ਸੀ ਤੇ 5 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਵਿੱਚ 5ਵੀਂ ਲੜਕੀ ਨੇ ਜਨਮ ਲਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਰਾਕੇਸ਼ ਅਕਸਰ ਹੀ ਅਨੀਤਾ ਨਾਲ ਝਗੜਾ ਕਰਦਾ ਸੀ ਤੇ ਲੰਘੀ ਰਾਤ ਰਾਕੇਸ਼ ਨੇ ਉਹਨਾਂ ਦੀ ਧੀ ਅਨੀਤਾ ਦਾ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਹੈ ਤੇ ਪੁਲਿਸ ਤੋਂ ਬਚਣ ਲਈ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਰਾਤੀ ਮੇਰੇ ਪਾ 3 ਵਜੇ ਫੋਨ ਆਇਆ ਵੀ ਬੜੀ ਸਿਸਟਰ ਨਾ ਹੱਥ ਮਤਲਬ ਉਹਨੂੰ ਬੇਹੋਸ਼ ਹੋ ਗਈ, ਮਤਲਬ ਜਿੱਜੇ ਨੇ ਉਹ ਕਰਿਆ। ਮੈਂ ਕਿਹਾ ਤੁਸੀਂ ਉਹਨੂੰ ਫੋਨ ਕਰ ਦਿਓ 108 ਨੰਬਰ ਵਾ, ਕਹਿੰਦੇ ਠੀਕ ਹੈ। ਜਦੋਂ ਮੈਂ ਉੱਥੇ ਘਰੋਂ ਤੁਰਿਆ ਮੈਂ 4:30 ਉਰੇ ਪੁੱਜਿਆ, ਜਦੋਂ ਆਪਣੀ ਸਿਸਟਰ ਦੇਖੀ ਵੱਡੀ ਤਾਂ ਉਹਦਾ ਜਾਣ ਪੁਰਾਣ ਕੁਛ ਵੀ ਨਹੀਂ। ਜਦੋਂ ਪਤਾ ਕਰਿਆ ਬੜੀ ਛੋਟੀ ਸਿਸਟਰ ਤੋਂ ਜੀ ਆਪਣੀ ਤੋਂ ਵੀ ਇਹਨੂੰ ਕੀ ਹੋਇਆ, ਤਾਂ ਮੇਰੇ ਜਿਹੜਾ ਜਿੱਜਾ ਏ ਰਗੇਸ਼ ਕਹਿੰਦੇ ਵੀ ਉਹਨੇ ਇੱਧਰ ਉੱਧਰ ਪਤਾ ਕੀਤਾ ਜੀ, ਉਹਨੇ ਗਲ ਘੋਟ ਕੇ ਮਾਰ ਦਿੱਤੀ ਸੀ। ਉਹ ਪੂਰਾ ਹੀ ਪਤਾ ਬੋਡੀ ਪੂਰੀ ਮਤਲਬ ਜੈਸਟ ਹੋ ਚੁੱਕੀ ਸੀ ਜੀ ਉਹਦੀ। ਆਪ ਫਿਰ ਜਦੋਂ ਉਹ ਨਿਕਲਿਆ ਜੰਗਲ ਵਿੱਚ ਤੋਂ ਜੀ, ਉਹਨੇ ਖੁਦ ਨੂੰ ਆਪਣੇ ਆਪ ਨੂੰ ਵੀ ਸਭ ਦੇ ਸਾਹਮਣੇ ਪੰਚਾਇਤ ਦੇ ਸਾਹਮਣੇ ਜੀ ਆਪਣੇ ਆਪ ਨੂੰ ਦਾਦ ਗਲ ਮਾਰ ਲਿਆ ਜੀ। ਉੱਥੇ ਹੀ ਜ਼ਖਮੀ ਹੋਏ ਰਾਕੇਸ਼ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਤੇ ਕੁਝ ਵੀ ਕਹਿਣ ਤੋਂ ਚੁੱਪ ਵੱਟੀ। ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਇਹ ਕਿਹੜੀ ਸਾਨੂੰ ਇਤਲਾਹ ਮਿਲੀ ਹੈ, ਇਹ ਕਿਹੜੀ ਲਾਸ਼ ਉਹ ਮੋਸਟਰੀ ਵਿੱਚ ਰਖਾਈ ਗਈ ਹੈ, ਇਹ ਡਾਕਟਰਾਂ ਨੇ ਪੋਸਟਮਾਰਟਮ ਕਰਨਾ ਹੈ ਅਤੇ ਅਸੀਂ ਇਹਦੇ ਵਿੱਚ FIR ਲੌਂਚ ਕਰਨ ਲੱਗੇ ਹਾਂ। ਉਹਨਾਂ ਦੇ ਬ੍ਰਦਰ ਦੇ ਕਿਹੜੀ ਲੜਕੀ ਹੈ, ਉਹਦੇ ਬ੍ਰਦਰ ਦੇ ਦੂਏ ਦੇ ਇਹਨਾਂ ਕਿਹੜੇ ਬੱਚੇ ਹੈ, 5 ਬੱਚੇ ਹੈ, ਕਿਹੜੇ 5 ਬੱਚੇ ਉਹ ਸਾਰੇ ਛੋਟੇ ਹੈ ਜੀ। ਠੀਕ ਹੈ। ਨਹੀਂ ਸਰ, ਕੀ ਜਿਹੜਾ ਆਰੋਪੀ ਹੈਗਾ ਉਹ ਮੰਨ ਰਿਹਾ ਕਿ ਉਹਨੇ ਇਹੀ? ਨਹੀਂ, ਹਲੇ ਤਾਂ ਉਹ ਆਰੋਪੀ ਬਣਿਆ, ਹਲੇ ਉਹਨੇ ਆਪਣੀ ਸੱਟ ਮਾਰੀ ਵੀ ਹੈ, ਉਹ ਐਡਮਿਟ ਹੈ ਅਤੇ ਜਦੋਂ ਸੱਟ ਤੋਂ ਬਾਅਦ ਸਾਹਿਬ ਮੈਨੂੰ ਲੱਗਦਾ ਉਹਨੂੰ ਰੈਫਰ ਕਰਨ ਲੱਗੇ ਹੈ ਅਤੇ ਰੈਫਰ ਕਰਨ ਦੇ ਬਾਅਦ ਉੱਥੇ ਭੇਜ ਰਹੇ ਇਹਨੂੰ 32 ਜਾਂ PGI ਭੇਜੂਗੇ, ਉਹਦੇ ਬਾਅਦ ਉਹਦੇ ਇਲਾਜ ਤੋਂ ਬਾਅਦ ਉਹਨੂੰ ਅਰੈਸਟ ਕਰਾਂਗੇ ਜੀ। ਪੁਲਿਸ ਵੱਲੋਂ ਹੁਣ ਕੀ ਕਾਰਵਾਈ ਜਿਹੜੀ ਕੀਤੀ ਹੈ? ਅਸੀਂ FIR ਲੌਂਚ ਕਰਨ ਲੱਗੇ ਹਾਂ ਜੀ ਉਹਦੇ ਭਰਾ ਦੇ ਬਿਆਨਾਂ ਤੋਂ ਜੀ। ਹੁਣ ਚਾਹੀਦਾ ਤਾਂ ਹੈ ਕਿ ਪੁਲਿਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰੇ ਤਾਂ ਜੋ 5 ਬੱਚੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਮਿਲ ਸਕੇ। ਰੂਪਨਗਰ ਤੋਂ ਰਾਕੇਸ਼ ਰਾਣਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 92563 92563 ਤੇ।